हाँ जी दोस्तों, स्वागत है तुहाडा सवेर दीआं मुख खबरां दे विच। आओ लड़ीवार गल करदे आं पंजाब ते दुनिया दीआं मुख वड्डीआं खबरां दी। वीडियो शुरू करन तों पहलां लाइक ते शेयर जरूर कर दिओ ते साडे नाल जुड़े रहण दे लई तुसीं चैनल नूं सबसक्राइब कर लो। ते अज दी पहली वड्डी खबर है, पंजाब रोडवेज पनबस अते PRTC दे कच्चे मुलाजमां दे वल्लों 27 डिपूआं दे विच हड़ताल, जलंधर बस अड्डा रहेगा बंद। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਕੱਚੇ ਕਰਮਚਾਰੀ ਯੂਨੀਅਨ ਦੇ ਵੱਲੋਂ ਪੰਜਾਬ ਦੇ 27 ਡਿਪੂਆਂ ਦੇ ਵਿੱਚ 2 ਘੰਟੇ ਦੀ ਹੜਤਾਲ ਕੀਤੀ ਜਾਵੇਗੀ। ਪੰਜਾਬ ਯੂਨੀਅਨ ਦੀ ਮੰਗ ਹੈ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਅਤੇ ਬਕਾਇਆ ਤਨਖਾਹ ਵੀ ਦਿੱਤੀ ਜਾਵੇ। ਰੋਡਵੇਜ਼ ਪਨਬੱਸ ਅਤੇ PRTC ਦੇ ਬੁਲਾਰਿਆਂ ਨੇ ਡਿਪੂ ਬੰਨ ਦੇ ਸਾਹਮਣੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨਗੇ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕੱਚੇ ਕਰਮਚਾਰੀਆਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ, ਪਰ ਇਹ ਵਾਅਦੇ ਪੂਰੇ ਕਰਨਾ ਤਾਂ ਦੂਰ, ਕਰਮਚਾਰੀਆਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਹਨਾਂ ਨੇ ਸੰਘਰਸ਼ ਦਾ ਰਾਹ ਅਪਣਾਇਆ ਗਾ। ਉਹਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਦੇ ਵਿਰੋਧ ਵਿੱਚ 13 ਜੁਲਾਈ ਨੂੰ ਬੱਸ ਅੱਡਾ ਬੰਦ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ, ਜਿਸ ਦੇ ਲਈ ਸਰਕਾਰ ਦੀਆਂ ਠੇਕਾ ਕਰਮਚਾਰੀਆਂ ਪ੍ਰਤੀ ਅਪਣਾਈਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਉਹਨਾਂ ਨੇ ਕਿਹਾ ਕਿ ਜੇਕਰ ਬੱਸ ਅੱਡਾ ਬੰਦ ਕਰਨ ਵਿੱਚ ਸਰਕਾਰ ਨੇ ਕੋਈ ਰੋਕ ਲਾਈ ਤਾਂ ਚੱਕਾ ਵੀ ਜਾਮ ਕੀਤਾ ਜਾਵੇਗਾ। ਅਗਲੀ ਖਬਰ ਹੈ, ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਦੇਸ਼ ਛੱਡ ਕੇ ਭੱਜਿਆ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਆਰਥਿਕ ਸੰਕਟ ਦੇ ਨਾਲ ਜੂਝ ਰਹੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਦੇਸ਼ ਛੱਡ ਕੇ ਮਾਲਦੀਪ ਭੱਜ ਗਿਆ। ਰਾਜਪਕਸੇ ਨੇ ਵੀ 139 ਦਿਨਾਂ ਦੇ ਵਿਰੋਧ ਬਾਅਦ ਅਸਤੀਫਾ ਦੇ ਦਿੱਤਾ। ਉਹਨਾਂ ਦੇ ਅਸਤੀਫੇ ਦਾ ਐਲਾਨ ਸੰਸਦ ਦੇ ਵਿੱਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅੰਤਰਮ ਰਾਸ਼ਟਰਪਤੀ ਦੇ ਨਾਂ ਦਾ ਵੀ ਐਲਾਨ ਕੀਤਾ ਜਾਵੇਗਾ। ਗੋਟਾਬਾਇਆ 8 ਜੁਲਾਈ ਤੋਂ ਕੋਲੰਬੋ ਦੇ ਵਿੱਚ ਨਹੀਂ ਦੇਖਿਆ ਗਿਆ ਅਤੇ 12 ਜੁਲਾਈ ਨੂੰ ਉਹ ਨੇਵੀ ਦੇ ਜਹਾਜ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਬੰਦਰਗਾਹ 'ਤੇ ਮੌਜੂਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਸਪੋਰਟ 'ਤੇ ਮੋਹਰ ਲਗਾਉਣ ਦੇ ਲਈ VIP ਛੂਟ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਰਾਜਪਕਸੇ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦੇਸ਼ ਭਰ ਦੇ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਹੋਰ ਜਨਤਕ ਸਹੂਲਤਾਂ ਦੀ ਵਰਤੋਂ ਨਹੀਂ ਕਰ ਸਕਦੇ, ਪਰ ਅਧਿਕਾਰੀ ਸਹਿਮਤ ਨਹੀਂ ਹੋਏ ਸੀ। ਗੋਟਾਬਾਇਆ ਰਾਜਪਕਸੇ ਨੇ ਅਸਤੀਫਾ ਦੇਣ ਤੋਂ ਪਹਿਲਾਂ ਇਹ ਸ਼ਰਤ ਰੱਖੀ ਸੀ ਕਿ ਉਹਨਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਜਾਵੇ। ਕੁਝ ਘੰਟਿਆਂ ਬਾਅਦ ਉਸ ਦੇ ਦੇਸ਼ ਛੱਡਣ ਦੀ ਖਬਰ ਵੀ ਸਾਹਮਣੇ ਆ ਗਈ ਸੀ। ਅਜਿਹੇ ਦੇ ਵਿੱਚ ਹੁਣ ਸਵਾਲ ਇਹ ਉੱਠਦਾ ਕਿ ਗੋਟਾਬਾਇਆ ਭੱਜ ਗਿਆ ਜਾਂ ਫਿਰ ਭਜਾ ਦਿੱਤਾ ਗਿਆ। ਅਗਲੀ ਖਬਰ ਹੈ, ਮੁਫ਼ਤ ਬਿਜਲੀ 'ਤੇ ਸਰਕਾਰ ਨੇ ਹਟਾਈ ਇਹ ਸ਼ਰਤ, ਜਨਰਲ ਵਰਗ ਦੇ ਸਿਰਫ ਇਹਨਾਂ ਪਰਿਵਾਰਾਂ ਨੂੰ 600 ਯੂਨਿਟ ਫ੍ਰੀ। ਤਾਂ ਦੋਸਤੋ ਪੰਜਾਬ ਦੇ ਵਿੱਚ 1 ਜੁਲਾਈ ਤੋਂ ਸਰਕਾਰ ਨੇ ਪ੍ਰਤੀ ਬਿੱਲ 600 ਯੂਨਿਟ ਮੁਫ਼ਤ ਬਿਜਲੀ ਸਕੀਮ ਦੇ ਵਿੱਚ ਕੁਝ ਸ਼ਰਤਾਂ ਹਟਾ ਦਿੱਤੀਆਂ ਨੇ, ਜਿਸ ਤੋਂ ਬਾਅਦ ਸਿਰਫ ਜਨਰਲ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਮਿਲਣਗੇ। ਦੂਜੇ ਪਾਸੇ SC BC ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਹਰ ਬਿੱਲ 'ਤੇ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਇਸ ਸੰਬੰਧ ਦੇ ਵਿੱਚ ਸਰਕਾਰ ਨੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਵੀ ਭੇਜ ਦਿੱਤੇ ਨੇ। ਚੋਣਾਂ ਦੇ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਆਮ ਆਦਮੀ ਦੀ ਸਰਕਾਰ ਬਣੀ ਤਾਂ ਉਹ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਹਰ ਘਰ ਨੂੰ ਦੇਵੇਗੀ। ਸਰਕਾਰ ਬਣਦਿਆਂ ਹੀ 1 ਜੁਲਾਈ ਤੋਂ ਲਾਗੂ ਕਰ ਦਿੱਤੀ ਗਈ ਹੈ ਇਹ ਸਕੀਮ। ਹਾਲਾਂਕਿ ਇਸ ਦੇ ਵਿੱਚ ਕੁਝ ਬਦਲਾਵ ਵੀ ਕੀਤੇ ਗਏ ਨੇ। ਪੰਜਾਬ ਦੇ ਵਿੱਚ 2 ਮਹੀਨਿਆਂ 'ਚ ਬਿੱਲ ਜਰਨੇਟ ਹੁੰਦਾ, ਇਸ ਦੇ ਲਈ ਹਰ ਬਿੱਲ ਦੇ ਵਿੱਚ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਅਗਲੀ ਖਬਰ ਹੈ, ਪੰਜਾਬ ਦੇ ਵਿੱਚ ਬੱਸਾਂ ਤੋਂ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਹਟਾਉਣ ਦਾ ਫੈਸਲਾ ਸਰਕਾਰ ਨੇ ਲਿਆ ਵਾਪਸ। ਤਾਂ ਦੋਸਤੋ ਪੰਜਾਬ ਪੁਲਿਸ ਨੇ PRTC ਪੈਪਸੂ ਦੀਆਂ ਕੁਝ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਆਪਣੀਆਂ ਬੱਸਾਂ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਹੁਣ ਵਾਪਸ ਲੈ ਲਏ ਨੇ। ਸ਼੍ਰੋਮਣੀ ਕਮੇਟੀ ਨੇ ਪੰਜਾਬ ਪੁਲਿਸ ਦੇ ਹੁਕਮਾਂ ਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਟਵੀਟ ਕਰਕੇ ਇਸ ਪੱਤਰ ਦੀ ਨਿਖੇਧੀ ਵੀ ਕੀਤੀ ਸੀ। ਅਗਲੀ ਖਬਰ ਹੈ, ਮਹਾਰਾਸ਼ਟਰ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਨਾਸਕ ਸ਼ਹਿਰ ਦੇ ਸਕੂਲ ਕਾਲਜ ਬੰਦ, 14 ਜੁਲਾਈ ਤੱਕ ਰੈੱਡ ਅਲਰਟ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਮਹਾਰਾਸ਼ਟਰ ਦੇ ਨਾਸਕ ਸ਼ਹਿਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਲਈ ਕਿਹਾ ਗਿਆ। ਅਗਲੀ ਖਬਰ ਹੈ, ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਅਜਿਹਾ ਰਹੇਗਾ ਮੌਸਮ।
ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਬਾਰਿਸ਼ ਜਾਰੀ ਰਹੇਗੀ। ਕਈ ਥਾਵਾਂ ਤੇ ਰੁਕ ਰੁਕ ਕੇ ਬਾਰਿਸ਼ ਪਵੇਗੀ। ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਸਵੇਰੇ ਹਲਕੀ ਧੁੱਪ ਅਤੇ ਹੁੰਮਸ ਭਰਿਆ ਮੌਸਮ ਵੇਖਣ ਨੂੰ ਮਿਲ ਸਕਦਾ ਹੈ, ਪਰ ਬੱਦਲਬਾਈ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਤੋਂ 3 ਘੰਟਿਆਂ ਦੇ ਅੰਦਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਗਰਜਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਗੀ। ਅਗਲੀ ਖਬਰ ਹੈ, ਨਵੇਂ ਰੂਟਾਂ ਦੇ ਮੱਦੇਨਜ਼ਰ PRTC ਆਪਣੇ ਬੇੜੇ ਦੇ ਵਿੱਚ ਸ਼ਾਮਲ ਕਰੇਗੀ ਨਵੀਆਂ 219 ਬੱਸਾਂ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਬੱਸ ਰੂਟ ਪਰਮਿਟਾਂ ਦੇ ਸਨਮੁਖ PRTC ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਆਪਣੇ ਬੇੜੇ ਦੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਵੇਂ ਰੂਟਾਂ ਦੇ ਲਈ PRTC ਨੂੰ ਹੋਰ ਨਵੀਆਂ ਬੱਸਾਂ ਦੀ ਜ਼ਰੂਰਤ ਸੀ, ਜਿਸ ਕਰਕੇ PRTC ਦੇ ਬੇੜੇ ਵਿੱਚ 219 ਸਧਾਰਨ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਲਈ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ PRTC ਵਿੱਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ ਅਤੇ ਟੈਂਡਰ ਕੱਢਿਆ ਜਾ ਚੁੱਕਿਆ, ਜਿਸ ਦੀ ਆਖਰੀ ਤਰੀਕ 2 ਅਗਸਤ ਰੱਖੀ ਗਈ ਹੈ। ਅਗਲੀ ਖਬਰ ਹੈ, ਡਾਲਰ ਦੇ ਮੁਕਾਬਲੇ 80 ਪੈਸੇ ਦੇ ਪੱਧਰ ਨੂੰ ਛੂਹਣ ਲੱਗਿਆ ਕਗਾਰ 'ਤੇ ਰੁਪਈਆ, ਪਹਿਲੀ ਵਾਰ 79.60 ਰੁਪਏ 'ਤੇ ਹੋਇਆ ਬੰਦ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪਹਿਲੇ ਅੱਜ ਕਾਰੋਬਾਰ ਦੌਰਾਨ ਰੁਪਈਆ ਸਵੇਰੇ 79.51 ਰੁਪਏ 'ਤੇ ਖੁੱਲ੍ਹਿਆ, ਦਿਨ ਦੇ ਕਾਰੋਬਾਰ 'ਚ ਰੁਪਈਆ ਡਿੱਗ ਕੇ 79.66 ਰੁਪਏ 'ਤੇ ਬੰਦ ਹੋ ਗਿਆ। ਰੁਪਈਆ ਡਾਲਰ ਦੇ ਮੁਕਾਬਲੇ ਡਾਮਾ ਡੋਲ ਹੁੰਦਾ ਨਜ਼ਰ ਆ ਰਿਹਾ। ਅਗਲੀ ਖਬਰ ਹੈ, ਰਾਸ਼ਨ ਕਾਰਡ ਧਾਰਕਾਂ ਨੂੰ ਹਰ ਸਾਲ ਮਿਲੇਗਾ ਮੁਫ਼ਤ ਗੈਸ ਸਿਲੰਡਰ, ਕਰਨਾ ਪਵੇਗਾ ਇਹ ਕੰਮ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਵੱਧਦੀ ਮਹਿੰਗਾਈ ਦੇ ਵਿਚਕਾਰ ਆਮ ਲੋਕਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਤੁਹਾਨੂੰ ਦੱਸ ਦਈਏ ਕਿ 1 ਸਾਲ ਦੇ ਵਿੱਚ 3 ਸਿਲੰਡਰ ਲੈਣ ਦਾ ਮੌਕਾ ਮਿਲਣ ਵਾਲਾ ਹੈ। ਦਰਅਸਲ ਦੇ ਵਿੱਚ ਸਰਕਾਰ ਨੇ ਗਰੀਬਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਸਰਕਾਰ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਅਤੇ ਹੁਣ ਮੁਫ਼ਤ ਗੈਸ ਸਿਲੰਡਰ ਦੇਣ ਜਾ ਰਹੀ ਹੈ। ਸਰਕਾਰ ਨੇ ਇਸ ਫੈਸਲੇ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲਣ ਵਾਲੀ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜੇਕਰ ਤੁਸੀਂ ਵੀ ਅਦੋਤਿਆ ਕਾਰਡ ਦੇ ਲਾਭਪਾਤਰੀ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਹੈ। ਹੁਣ ਸਰਕਾਰ ਵੱਲੋਂ ਤੁਹਾਨੂੰ ਮੁਫ਼ਤ ਗੈਸ ਸਿਲੰਡਰ ਦਿੱਤੇ ਜਾਣਗੇ, ਇਹ ਜਾਣਕਾਰੀ ਪੁਸ਼ਕਰ ਸਿੰਘ ਧਾਮੀ ਸਰਕਾਰ ਵੱਲੋਂ ਦਿੱਤੀ ਗਈ ਹੈ, ਜਿਸ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਸਾਲਾਨਾ 3 ਗੈਸ ਸਿਲੰਡਰ ਮੁਫ਼ਤ ਦੇ ਵਿੱਚ ਦਿੱਤੇ ਜਾਣਗੇ। ਅਗਲੀ ਖ਼ਬਰ ਹੈ, ਪੰਜਾਬ ਦੇ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਸਰਕਾਰ ਦੇ ਵੱਲੋਂ ਨਵੇਂ ਹੁਕਮ ਜਾਰੀ। ਤਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ 6 ਜੁਲਾਈ ਨੂੰ ਹੋਈ ਕੈਬਨਿਟ ਮੀਟਿੰਗ ਦੇ ਦੌਰਾਨ ਮੁਫ਼ਤ ਬਿਜਲੀ ਬਾਰੇ ਲਏ ਗਏ ਫੈਸਲੇ ਸੰਬੰਧੀ ਬਿਜਲੀ ਵਿਭਾਗ ਨੂੰ ਨੋਟਿਸ ਭੇਜ ਦਿੱਤਾ। ਇਸ ਨੋਟਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ। ਸਰਕਾਰ ਦੇ ਵੱਲੋਂ ਸਿਰਫ ਰਹਿਸੀ ਉਦੇਸ਼ ਦੇ ਲਈ ਬਿਜਲੀ ਦੀ ਵਰਤੋਂ ਕਰਨ ਵਾਲੇ SC BC BPL BC ਘਰੇਲੂ ਖਪਤਕਾਰਾਂ ਦੇ ਲਈ 1 ਕਿਲੋਵਾਟ ਤੱਕ ਦੇ ਲੋੜ ਦੀ ਸ਼ਰਤ ਹਟਾ ਦਿੱਤੀ ਗਈ ਹੈ, ਜਦੋਂ ਕਿ ਬਾਕੀ ਸ਼ਰਤਾਂ ਪਹਿਲਾਂ ਵਾਂਗੂ ਹੀ ਲਾਗੂ ਰਹਿਣਗੀਆਂ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ, ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਜੁਲਾਈ ਤੋਂ ਪੰਜਾਬ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਅਤੇ ਹੋਰ ਵਾਰਸ ਘਰੇਲੂ ਖਪਤਕਾਰਾਂ ਦੇ ਲਈ 1 ਕਿਲੋਵਾਟ ਮਨਜ਼ੂਰ ਸੁਧਾ ਲੋੜ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ। ਅਗਲੀ ਖਬਰ ਹੈ, ਪੰਜਾਬ ਸਰਕਾਰ ਨੇ ਆਟੇ ਦੀ ਹੋਮ ਡਿਲੀਵਰੀ ਲਈ ਵੱਖ ਵੱਖ ਟੈਂਡਰ ਕੀਤੇ ਜਾਰੀ। ਤਾਂ ਦੋਸਤੋ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਲਾਭਪਾਤਰੀਆਂ 'ਤੇ ਆਰਥਿਕ ਬੋਝ ਘਟਾਉਣ ਅਤੇ ਲਾਭਪਾਤਰੀ ਸੁਖਾਲੇ ਅਤੇ ਪਾਰਦਰਸ਼ੀ ਢੰਗ ਨਾਲ ਆਪਣਾ ਮਹੀਨਾਵਾਰ ਰਾਸ਼ਨ ਪ੍ਰਾਪਤ ਕਰ ਸਕਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਰਾਸ਼ਨ ਦੀ ਹੋਮ ਡਿਲੀਵਰੀ ਦੀ ਸੇਵਾ ਸ਼ੁਰੂ ਕਰਕੇ ਮਹੱਤਵਪੂਰਨ ਉਪਰਾਲਾ ਆਰੰਭਿਆ ਗਿਆ। ਇਹਨਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸਹਿਕਾਰੀ D2D ਮਾਰਕੀਟਿੰਗ ਸੁਸਾਇਟੀ ਲਿਮਟਿਡ ਵੱਲੋਂ ਡਿਲੀਵਰੀ ਸੇਵਾਵਾਂ ਨੂੰ ਸ਼ਾਮਲ ਕਰਨ ਅਤੇ ਫਲੋਰ ਮਿੱਲਾਂ ਨੂੰ ਸੂਚੀਬੱਧ ਕਰਨ ਦੇ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਨੇ। ਅਗਲੀ ਖਬਰ ਹੈ,
गुजरात अते महाराष्ट्र दे विच मीह दे नाल तबाही 9 लोगों की मौत। तो दोस्तों महाराष्ट्र ते गुजरात दे विच मीह नाल जुड़ियां घटनावां विच घट्टो घट्ट 9 व्यक्तियों की मौत हो गई है। दोवां राज्यां दे विच पिछले कुछ दिनों तो पै रहे मूलेधार मीह मगरों हजारां लोगों नूं सुरक्षित टिकाणियां ते तब्दील कर दिता गया, जदों के बहुगिणती लोग घरां दे विच ही तड़े रहण दे लई मजबूर हो गए ने। तुहाड़ी जानकारी दे लई दस दईए भारतीय मौसम विभाग ने दिल्ली दे विच सवेरे 8:30 बजे तक पिछले 24 घंटे 2 mm मीह पिया। गुजरात के कई हिस्सों में भी अज भारी मीह पिया ते पिछले 24 घंटे दौरान मीह नाल जुड़े हादसों में 6 लोगों की मौत भी हो गई है। अगली खबर है भारतीय सिरम इंस्टीट्यूट नूं कैंसर की वैक्सीन बेचण दे विच खुल। तो दोस्तों भारतीय ड्रग कंट्रोल जर्नल ने भारतीय सीरम इंस्टीट्यूट वालों सर्विकल कैंसर के इलाज के लिए देश दे विच ही निर्मित पहली क्वालिटी बेल्टन ह्यूमन पेपलोवायरस वैक्सीन बाजार दे विच बेचण दी खुल दे दित्ती है। अधिकारित सूत्रां ने कहा कि भारतीय ड्रग रेगुलेटर ने COVID-19 बारे बिसा मारां दी कमेटी दीआं सिफारसां ते 15 जून नूं लोड़ींदी प्रवानगी दित्ती सी। अगली खबर है बैबल कलां गोलीकांड की सुनवाई रुकी। तो दोस्तों वधीक सैशन जज राजीव कालड़ा की अदालत में बैबल गोलीकांड मुलजमान खिलाफ दोष आयद होने संबंधी सुनवाई हुई सी, पर कोटकपुरा गोलीकांड की पड़ताल कर रही सिट टीम के वलों अदालत में चलान पेश ना करन करके बैबल गोलीकांड की भी सुनवाई नहीं हो सकी। दसण योग है कि 6 जुलाई में पंजाब और हरियाणा हाई कोर्ट ने फरीदकोट की अदालत में देश दिते सन कि बैबल और कोटकपुरा गोलीकांड की सुनवाई इकट्ठिया की जाए। ADGP LK यादव की अगवाई में कोटकपुरा गोलीकांड की पड़ताल हो रही है, पर इस टीम ने अजे तक अदालत दे विच चलान पेश नहीं किया। फरीदकोट की अदालत ने यह सारी प्रक्रिया 20 अगस्त तो पहला मुकम्मल करने के आदेश भी दे दिए गए ने। अगली खबर है नाभा जेल ब्रेक कांड के लोड़ींदे मुलजम रमनजीत नूं हांगकांग तो लियाएगी पंजाब पुलिस। तो दोस्तों नाभा जेल ब्रेक कांड के सब तो लोड़ींदे मुलजम रमनजीत सिंह उर्फ रोमी नूं जल्दी ही हांगकांग तो भारत हवाले किया जाएगा। इस संबंधी हांगकांग की एक अदालत ने उसकी हवालगी लई मंजूरी दे दित्ती है। यह भी पता लग्या कि पंजाब पुलिस के अधिकारी उसनूं लैण जा रहे ने। दसना बनता कि इंटरपोल ने भारतीय सुरक्षा एजेंसियों के कहण ते उसनूं ग्लोबल वॉच लिस्ट दे विच रख्या सी। इंटरपोल ने साल 2017 दे विच रोमी दे खिलाफ रैड कॉर्नर नोटिस जारी किया सी, जिस तों बाद 2018 तों बाद हांगकांग दे विच रह रहा सी ते इस वेले हांगकांग पुलिस की हिरासत दे विच है। अगली खबर है एडवोकेट जनरल अनमोल रतन सिद्धू ते पानीपत नेड़े होया हमला। तो दोस्तों पंजाब के एडवोकेट जनरल अनमोल रतन सिद्धू ते हरियाणा के पानीपत नेड़े कुछ नौजवानों ने कथित तौर पर हमला कर दिता। हमले बारे जानकारी मिलदिया ही हरियाणा ते पंजाब पुलिस ने सांझे तौर पर जांच शुरू कर दिती है। सुप्रीम कोर्ट विच गैंगस्टर लॉरेंस बसनोई मामले दे नाल संबंधित केस की सुनवाई लई एडवोकेट जनरल अनमोल रतन सिद्धू अपनी समुची टीम दे नाल रेल गड्डी राही दिल्ली गए सन। शाम दे वेले उह दिल्ली तो चंडीगढ़ रेल गड्डी राही वापस आ रहे सी। इस दौरान जब पानीपत नेड़े पहुँचे तो शाम के 6:30 बजे के करीब 7-8 नौजवानों ने रेल गड्डी के जिस डब्बे विच उह बैठे सन उसते हमला कर दिता सी। इस दौरान रेल गड्डी का शीशा भी टुट गया, पर एडवोकेट जनरल के सट बजन तो बचा हो गया। एडवोकेट जनरल ने चंडीगढ़ पहुँचन से पत्रकारों नूं दस्या कि वह लॉरेंस बसनोई केस दे विच पेश होने दे लई सुप्रीम कोर्ट गए सन। उन्होंने कहा कि नौजवानों ने गड्डी ते पत्थर मारिया जां फिर कुछ होर, इस बारे वह नहीं जानते, पर रेल गड्डी का 12 mm का शीशा टुट गया। इस संबंधी उन्होंने तुरंत DGP पंजाब नूं भी सूचित किया गया और दोनों सूबों की पुलिस पानीपत लागे घटना वाली थां ते भी पड़ताल जांच शुरू कर दिती है। अगली खबर है सिद्धू मूसेवाले के कतल केस के जग्गू भगवानपुरीए का ब्यास पुलिस ने लिया ट्रांजिट रिमांड। तो दोस्तों स्थानक पुलिस ने सिद्धू मूसेवाला कतल कांड नूं लैके गैंगस्टर जग्गू भगवानपुरीए का सिविल हस्पताल तो डाक्टरी मुआयना करवाने तो बाद उसनूं इत्थों दी अदालत विच पेश किया गया सी, जिथे ब्यास पुलिस ने उसका ट्रांजिट रिमांड हासिल कर लिया। अगली खबर है जेलों के बंद कैदियों के हुण लगेगा नशे का पता। पंजाब दे विच शुरू हुई ड्रग स्क्रीनिंग की मुहिम।
तो दोस्तों पंजाब सरकार ने जेल सुधारों वल अपनी किस्म का पहला कदम चुकया है। पंजाब सरकार ने कैदियों विच नशे की वरतों का पता लगाने के लिए पंजाब दियां जेलों विच ड्रग स्क्रीनिंग मुहिम शुरू कर दिती गई है, जिस दे तहत पायलट प्रोजेक्ट के हिस्से वजों रूपनगर जेल के सारे कैदियों की स्क्रीनिंग की जा रही है। मुख्यमंत्री भगवंत मान की सरकार सूबे दियां जेलों नूं गैर कानूनी नशियां तो मुक्त करन ते कैदियों नूं नशा छड़ाऊ इलाज ते उन्हां दे मुड़ सेवे के विकल्प मुहैया करवाउण दे लई काम कर रही है। अगली खबर है, अगले 5 दिन तक 8 सूबों के विच भारी मींह की चेतावनी। तो दोस्तों तुहानू दसीए कि मौसम विभाग ने कहा कि अगले 3 दिनों दौरान जम्मू कश्मीर, हिमाचल प्रदेश, उत्तराखंड, पंजाब, हरियाणा, चंडीगढ़ के खिंडे हुए और दरमियाने तूफान आउणगे। दिल्ली के मीह पैण की संभावना गी 13 ते 14 तरीक नूं पंजाब दे विच भी चंगी बारिश हो सकती है। इस दे नाल ही मौसम विभाग ने कहा कि अगले 4 तो 5 दिनों तक करनाटका वर्गे ते तेलंगाना, आंध्रा प्रदेश, गुजरात, महाराष्ट्र, उड़ीसा, MP ते छत्तीसगढ़ दे विच भी भारी बारिश का अनुमान लगाया, जिस दौरान मौसम विभाग ने तूफान का भी अलर्ट जारी कर दिता गया। इन्हां सारे राज्यां दे विच हल्की ते दरमियानी बारिश ते गरज ते बिजली दे नाल नाल भारी मीह पैण की भी संभावना गई। मौसम विभाग ने 14 जुलाई तक मुंबई दे विच बारिश दे लई ओरेंज अलर्ट भी जारी कर दिता गया। अगली खबर है, जल्दी ही CBSE दे वल्लों 10वीं ते 12वीं टर्म 2 दे नतीजे आउणगे। तो दोस्तों तुहानू दसीए कि CBSE दे वल्लों जल्दी ही 10वीं ते 12वीं 2022 दी टर्म 2 दे नतीजे जारी कर दिते जाणगे। जानकारी मिली है कि CBSE इस महीने दे अंत तक 10वीं टर्म 2 क्लास दीआं प्रीख्यावां दे नतीजे दे ऐलान कर देवेगा, जदों के 12वीं टर्म 2 क्लास दे नतीजे 2022 जुलाई दे दूजे हफ्ते घोषित कर दिते जाणगे। ज़्यादा जानकारी लई विद्यार्थियों नूं सलाह दित्ती गई है कि वह CBSE दी अधिकारित वैबसाइट CBSE.gov.in ते जाके अपने नतीजों के संबंधी अपडेट दे लई जांच पड़ताल कर सकते हैं। तो दोस्तों यह सन अज सवेर दियां ताज़ा ते मुख वड्डियां खबरां। जे तुहानू साडा इह वीडियो ते जानकारी वधिया लगी है तां अपने दोस्तां मित्रां नाल अगे शेयर जरूर कर दिया करो। तो जे तुसीं चैनल ते पहली बार आए हो जां चैनल नूं सबसक्राइब नहीं कीता तां चैनल नूं हुणे सबसक्राइब कर लिओ ते नाल बने घंटी नूं भी दबा दिओ, जिस नाल तुहानू आउण वाली हर एक नवीं खबर दा नोटिफिकेशन सब तो पहलां मिलदा रहूगा। तो इस वीडियो दे विच इन्ना ही, मिलदे आं किसे नैक्सट वीडियो दे विच किसे होर नवीं खबर दे नाल। तां तक लई तुसीं साडे नाल जुड़े रहिओ। धन्यवाद।